ਆਓ ਸੁਣੀਏ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਭੁੱਖ ਠਕ 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 ਕਾਲਜ ਹੋਸਟਲ ਦੇ ਇੱਕ ਕਮਰੇ ਦਾ ਬੂਹਾ ਖੜਕਿਆ ਆਈਏ ਆਈਏ ਵਿਦਿਆਰਥੀ ਨੇ ਬੂਹਾ ਲਾ ਕੇ ਕਿਹਾ ਬਾਹਰ ਉਸ ਦਾ ਦੋਸਤ ਕਹਾਣੀਕਾਰ ਖਲੋਤਾ ਸੀ ਮੁੰਡਾ ਉਸ ਦੇ ਆਉਣ ਤੋਂ ਦਿਨੋਂ ਪ੍ਰਸੰਨ ਸੀ ਕਹਾਣੀ ਲਿਖਣ ਦਾ ਗੁਣ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ ਹਰ ਇੱਕ ਆਦਮੀ ਤਸੀਲਦਾਰੀ ਤੇ ਕਰ ਸਕਦਾ ਹੈ ਪਰ ਕਹਾਣੀਆਂ ਤੇ ਨਹੀਂ ਲਿਖ ਸਕਦਾ ਕਹਾਣੀਕਾਰ ਵੀ ਮੁੰਡੇ ਨੂੰ ਮਿਲ ਕੇ ਖੁਸ਼ ਸੀ ਉਸ ਨੂੰ ਡਾਟੀ ਭੁੱਖ ਲੱਗੀ ਹੋਈ ਸੀ ਤੇ ਜੇਬ ਖਾਲੀ ਸੀ ਪੈਸੇ ਹੁੰਦਿਆਂ ਨਾਗਾ ਕਰਨਾ ਇੱਕ ਅਮੀਰੀ ਹੈ ਪਰ ਥੁੜ ਵਿੱਚ ਨਾਗਾ ਬੜਾ ਔਖਾ ਲੱਗਦਾ ਹੈ ਪਤਾ ਨਹੀਂ ਹੋਮੇ ਨੂੰ ਸੱਟ ਲੱਗਣ ਕਰਕੇ ਜਾਂ ਰੋਟੀ ਮਿਲਣੀ ਅਸੰਭਵ ਵੇਖ ਕੇ ਉਸ ਦੀ ਲਾਲਸਾ ਵਧਣ ਕਰਕੇ ਹੋਸਟਲ ਉਹ ਤੋਂ ਪਹਿਲਾਂ ਉਹ ਹੱਥ ਤੇ ਹੱਥ ਧਰ ਕੇ ਨਹੀਂ ਸੀ ਬੈਠਾ ਰਿਹਾ ਪੈਸੇ ਮੰਗਣ ਦੇ ਖਿਆਲ ਨਾਲ ਉਹ ਆਪਣੇ ਪਬਲਿਸ਼ਰ ਦੀ ਦੁਕਾਨ ਤੇ ਗਿਆ ਸੀ ਪਰ ਉਸ ਦੀਆਂ ਗੱਲਾਂ ਦੇ ਝਖੜ ਵਿੱਚ ਕਹਾਣੀਕਾਰ ਦੀ ਇਹ ਬੇਥਵੀ ਜਹੀ ਮੰਗ ਸਿਰ ਨਹੀਂ ਚੁੱਕ ਸਕੀ ਸੀ ਪਬਲਿਸ਼ਰ ਆਪਣੀਆਂ ਨਵੀਆਂ छਪੀਆਂ ਕਿਤਾਬਾਂ ਤੇ ਹਾਲ ਛਪਣ ਵਾਲੀਆਂ ਕਿਤਾਬਾਂ ਦੇ ਖਰੜੇ ਉਸ ਨੂੰ ਵਿਖਾਉਂਦਾ ਰਿਹਾ ਇਸ ਤਰ੍ਹਾਂ ਚਾ ਨਾਲ ਜਿਵੇਂ ਆਪਣਾ ਨਵਾਂ ਜੰਮਿਆ ਪੁੱਤਰ ਕਿਸੇ ਨੂੰ ਵਿਖਾ ਰਿਹਾ ਹੋਵੇ ਫੇਰ ਉਹ ਆਪਣੇ ਲੇਖਕਾਂ ਦੀਆਂ ਸਿਫਤਾਂ ਕਰਦਾ ਰਿਹਾ ਹੁਣ ਉਸ ਨੂੰ ਮੈਦਾਨ ਸਾਫ ਜਾਪਦਾ ਸੀ ਸਾਰੇ ਚੰਗੇ ਲੇਖਕ ਆਪਣੀਆਂ ਕਿਤਾਬਾਂ ਉਸੇ ਕੋਲੋਂ ਹੀ ਛਪਵਾਉਂਦੇ ਸਨ ਛੇਤੀ ਹੀ ਉਹ ਇੱਕ ਮਾਸਿਕ ਪੱਤਰ ਕੱਢਣ ਵਾਲਾ ਸੀ ਬਸ ਇਸੇ ਦਾ ਹੀ ਕਾਟਾ ਸੀ ਮਾਸਿਕ ਪੱਤਰ ਤੋਂ ਬਿਨਾ ਪ੍ਰਪਾਗੈਂਡਾ ਨਹੀਂ ਹੋ ਸਕਦਾ ਲਿਖਾਰੀਆਂ ਦਾ ਭਵਿੱਖਤ ਡਾਡਾ ਚੰਗਾ ਜਾਪਦਾ ਸੀ ਪੜਨ ਲਿਖਣ ਵਾਲੇ ਲੋਕਾਂ ਦੀਆਂ ਰੁਚੀਆਂ ਵੱਧ ਰਹੀਆਂ ਸਨ ਅਤੇ ਸਮੇਂ ਦੀ ਉੱਨਤੀ ਨਾਲ ਵੇਲ ਵੀ ਵਧੇਰੇ ਹੋਵੇਗਾ ਅਜੇ ਤੱਕ ਕਹਾਣੀਕਾਰ ਤੋਂ ਪੈਸੇ ਨਹੀਂ ਮੰਗੇ ਗਏ ਸਨ ਕੀ ਬਹਾਨਾ ਕਰੇ ਜੇ ਟਾਂਗੇ ਤੇ ਆਉਂਦਾ ਤਾਂ ਕਹਿ ਦਿੰਦਾ ਕਿ ਟਾਂਗੇ ਵਾਲੇ ਦੇ ਪੈਸੇ ਵਧੇਰੇ ਹੋ ਗਏ ਹਨ ਫਿਰ ਕੁਝ ਉਸ ਨੂੰ ਦੇ ਦਿੰਦਾ ਤੇ ਕੁਝ ਆਪ ਰੋਟੀ ਵਾਸਤੇ ਰੱਖ ਲੈਂਦਾ ਜੇ ਉਸ ਦੇ ਨਾਲ ਕੋਈ ਹੋਰ ਆਦਮੀ ਹੁੰਦਾ ਤਾਂ ਮੰਗ ਕੇ ਝਟਪਟ ਉਸ ਨੂੰ ਫੜਾ ਦਿੰਦਾ ਜਿਵੇਂ ਉਸ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ ਪਰ ਆਪਣੇ ਲਈ ਉਹ ਕਿਸ ਤਰ੍ਹਾਂ ਮੰਗ ਸਕਦਾ ਸੀ ਇਸ ਘਬਰਾਹਟ ਵਿੱਚ ਉਸ ਨੂੰ ਹੋਸਟਲ ਦੀ ਯਾਦ ਆ ਗਈ। ਹੋਸਟਲ ਵਿੱਚੋਂ ਰੋਟੀ ਤੇ ਗੱਲਾਂ-ਬਾਤਾਂ ਕਰਦਿਆਂ ਹੀ ਖਾਦੀ ਜਾ ਸਕਦੀ ਸੀ। ਕਿਸੇ ਵੱਖਰੇ ਯਤਨ ਦੀ ਲੋੜ ਨਹੀਂ ਸੀ। ਵਿਦਿਆਰਥੀ ਕਹਾਣੀਕਾਰਾਂ ਨੂੰ ਖਾਸਾ ਜਵਾਹਰ ਲਾਲ ਨਹਿਰੂ ਸਮਝਦਾ ਸੀ। ਕਿਸ ਤਰ੍ਹਾਂ ਉਹ ਬੈਠੇ-ਬੈਠੇ ਆਪਣੇ ਦਿਮਾਗ ਵਿੱਚੋਂ ਹੀ 1-2 ਘੰਟਿਆਂ ਵਿੱਚ ਹੀ ਕੋਈ ਸੁੰਦਰ ਕਟਨਾ ਕੱਢ ਲੈਂਦੇ ਜੋ ਹਜ਼ਾਰਾਂ ਵਿੱਚ ਛੱਪ ਕੇ ਲੱਖਾਂ ਦੀਆਂ ਅੱਖਾਂ ਅੱਗੋਂ ਲੰਘਦੀ। ਇਹ ਘਟਨਾ ਲੋਕਾਂ ਨੂੰ ਜਾਗਦਿਆਂ ਰੱਖਦੀ ਉਹਨਾਂ ਦੇ ਮਨ ਵਿੱਚ ਪਲਟੇ ਲਿਆਉਂਦੀ ਉਹਨਾਂ ਨੂੰ ਇੱਕ ਵੱਖਰਾ ਜਿਹਾ ਸਵਾਦ ਦਿੰਦੀ ਜਿਹੜਾ ਨਾ ਜੀਭ ਦਾ ਸਵਾਦ ਸੀ ਨਾ ਕੰਨਾਂ ਦਾ ਸਵਾਦ ਨਾ ਅੱਖਾਂ ਦਾ ਸਵਾਦ ਨਾ ਸੁੰਗੜ ਦਾ ਤੇ ਨਾ ਛੋਦਾ ਕਿਸ ਤਰ੍ਹਾਂ ਉਹ ਬੰਦੇ ਦੇ ਮਨ ਨੂੰ ਕਿਤਾਬ ਵਾਂਗ ਪੜਦੇ ਤੇ ਸ਼ੀਸ਼ੇ ਵਾਂਗ ਪ੍ਰਗਟ ਕਰ ਦਿੰਦੇ ਉਸ ਆਪ ਕਈ ਵੇਰ ਕਹਾਣੀ ਲਿਖਣ ਦੀ ਅਸਫਲ ਕੋਸ਼ਿਸ਼ ਕੀਤੀ ਸੀ काश ਕਿ ਉਸ ਦੀ ਕੋਈ ਖਾਸ ਵਰਦੀ ਹੁੰਦੀ ਤੇ ਬਰਾਂਡੇ ਵਿੱਚ ਫਿਰਦੇ ਮੁੰਡੇ ਪਹਿਚਾਨ ਲੈਂਦੇ ਕਿ ਉਸ ਦੇ ਕਮਰੇ ਵਿੱਚ ਇੱਕ ਕਹਾਣੀਕਾਰ ਬੈਠਾ ਹੈ ਇਸ ਤਰ੍ਹਾਂ ਹੋਸਟਲ ਦੇ ਮੁੰਡਿਆਂ ਵਿੱਚ ਉਸ ਦਾ ਮਾਣ ਵੱਧ ਜਾਂਦਾ ਮੁੰਡੇ ਵੀ ਉਸ ਦੇ ਕਮਰੇ ਦੇ ਵਾਲੇ ਚੁਰਮਟ ਪਾ ਦਿੰਦੇ ਜੇ ਉਹ ਉਸ ਦੇ ਸਿਰਜੇ ਹੋਏ ਪਾਤਰਾਂ ਨਾਲ ਪਿਆਰ ਕਰ ਸਕਦੇ ਸਨ ਤਾਂ ਉਸ ਲਈ ਜ਼ਰੂਰ ਉਹਨਾਂ ਦੇ ਦਿਲ ਵਿੱਚ ਖਿੱਚ ਹੋਵੇਗੀ ਕਈ ਮੁੰਡੇ ਗੁੱਸਾ ਕਰਦੇ ਹੁੰਦੇ ਸਨ ਕਿ ਅਖਬਾਰਾਂ ਵਾਲੇ ਕਿਸੇ ਸਮਾਗਮ ਤੇ 71 ਹੋਏ ਆਦਮੀਆਂ ਦੇ ਨਾਂ ਛਾਪਣ ਲੱਗੇ ਕਵੀਆਂ ਤੇ ਕਹਾਣੀਕਾਰਾਂ ਦੇ ਨਾਂ ਸਭ ਤੋਂ ਅਖੀਰ ਚ ਛਾਪਦੇ ਸਨ ਅੱਜ ਖਿਆਲਾਂ ਦੀ ਦੁਨੀਆ ਵਿੱਚੋਂ ਦਿਵਾਲੇ ਦੀ ਦੁਨੀਆ ਵੱਲ ਵੀ ਧਿਆਨ ਕੀਤਾ ਜਾਏ ਵਿਦਿਆਰਥੀ ਨੇ ਚਾਹ ਨਾਲ ਗੱਲ ਛੇੜੀ ਜੇ ਦਿਵਾਲੇ ਦੀ ਦੁਨੀਆ ਵੱਲ ਧਿਆਨ ਨਾ ਦੇਈਏ ਤਾਂ ਖਿਆਲਾਂ ਦੀ ਦੁਨੀਆ ਬੇਸਵਾਦ ਜਿਹੀ ਰਹਿੰਦੀ ਏ ਬਤਾ ਕੁਝ ਦਿਵਾਲਿਓ ਵੇਖ ਕੇ ਲਿਖ ਲੈਂਦੇ ਹੋ ਆਹੋ ਜੀ ਦਿਵਾਲਿਓ ਹੀ ਕੋਈ ਚੀਜ਼ ਵੇਖੀ ਦੀ ਏ ਤੇ ਫੇਰ ਉਸ ਨੂੰ ਆਪਣੇ ਸੱਚੇ ਵਿੱਚ ਢਾਲ ਕੇ ਆਪਣੀ ਰੰਗਤ ਦੇ ਦਈਏ ਜਿਵੇਂ ਮਿੱਟੀ ਦੀਆਂ ਇੱਟਾਂ ਬਣ ਜਾਂਦੀਆਂ ਨੇ ਬਾਰੇ ਮਿੱਟੀ ਤੋਂ ਇੱਟਾਂ ਤੁਸੀਂ ਹਰ ਵੇਲੇ ਬਣਾ ਸਕਦੇ ਹੋ ਜਾਂ ਕੇਵਲ ਜਦੋਂ ਪੱਕੇ ਹੋਏ ਹੋ ਉਹ ਨਹੀਂ ਪਖਾ ਤੋਂ ਬਿਨਾ ਨਹੀਂ ਬਣਦੀਆਂ ਤੇ ਇਹ ਪਖਾ ਕਿਸ ਤਰ੍ਹਾਂ ਹੁੰਦਾ ਏ ਕਈ ਵਾਰ ਤੇ ਕੋਈ ਪੁਰਾਣਾ ਖਿਆਲ ਹੀ ਐਡਾ ਤੱਤਾ ਹੁੰਦਾ ਏ ਕਿ ਪਖਾ ਲੈਂਦਾ ਏ ਪਰ ਕਈ ਵਾਰੀ ਪਖਾ ਆਪ ਲਿਆਉਣਾ ਪੈਂਦਾ ਏ ਕਹਾਣੀਕਾਰ ਨੇ ਸ਼ੋਖ ਚਈਆਂ ਅੱਖਾਂ ਬਣਾਉਂਦੇ ਹੋਏ ਕਿਆ ਅੱਛਾ ਮੈਂ ਤੁਹਾਡੀ ਰੋਟੀ ਲਿਆਵਾਂ ਵਿਦਿਆਰਥੀ ਨੇ ਚੱਕਦੇ ਚੱਕਦੇ ਪੁੱਛਿਆ ਹੋ ਸਕਦਾ ਸੀ ਕਿ ਕਹਾਣੀਕਾਰ ਕਦੀ ਰੋਟੀ ਖਾਂਦਾ ਹੀ ਨਾ ਹੋਵੇ ਨਹੀਂ ਨਹੀਂ ਰੋਟੀ ਨਹੀਂ ਖਾਣੀ ਕਹਾਣੀਕਾਰ ਨੇ ਛੇਤੀ ਨਾਲ ਜਵਾਬ ਦਿੱਤਾ ਜਿਵੇਂ ਉਸ ਨੂੰ ਡਰ ਹੋਵੇ ਕਿ ਕਿਸੇ ਉਸ ਦੀ ਲੁਕਵੀ ਮਨਸ਼ਾ ਬੁਝ ਗਈ ਹੈ ਕਿਉਂ ਰੋਟੀ ਕਿਉਂ ਨਹੀਂ ਖਾਣੀ ਮੇਰੇ ਘਰ ਵਾਲੇ ਗੁੱਸੇ ਹੁੰਦੇ ਨੇ ਉਹਨਾਂ ਦੇ ਖਿਆਲ ਵਿੱਚ ਮੈਂ ਬਹੁਤ ਆਵਾਰਾ ਹੋ ਗਿਆ ਹਾਂ ਸਾਡੀ ਆਦਤ ਹੈ ਫਿਰਦੇ ਫਿਰਾਂਦੇ ਰਹਿਣਾ ਰਾਤ ਨੂੰ ਵੀ ਸੁੱਤੇ ਸੁੱਤੇ ਨਾ ਸੁੱਤੇ ਨਾ ਹੀ ਸੁੱਤੇ ਆਖਰ ਤੁਹਾਡਾ ਪੱਖਾ ਵੀ ਤੇ ਲਿਆਣਾ ਹੋਇਆ ਨਾ ਤੇ ਘਰਦਿਆਂ ਨੂੰ ਇਹ ਗੱਲਾਂ ਸੋਚਾਂ ਵਿੱਚ ਪਾ ਦਿੰਦੀਆਂ ਨੇ ਭਈ ਮੁੰਡਾ ਖਰਾਬ ਹੋ ਗਿਆ ਏ ਅਗਲੇ ਦਿਨ ਮੇਰੇ ਕਮਰੇ ਵਿੱਚ ਕਵੀ ਬੇਅੰਤਕੌਰ ਆ ਗਈ ਮੇਰੀ ਮਾਂ ਨੇ ਵੇਖ ਲਿਆ ਤੇ ਲੁੱਕ ਕੇ ਗੱਲਾਂ ਸੁਣਨ ਲੱਗ ਪਈ ਗੱਲਾਂ ਵੀ ਅਸੀਂ ਨੰਗੀਆਂ ਜਈਆਂ ਕਰਦੇ ਪਏ ਸਾਂ ਪਿੱਛੋਂ ਮਾਂ ਪੁੱਛੇ ਤੇਰੇ ਕੋਲੇ ਕੁੜੀ ਕੌਣ ਸੀ ਮੈਂ ਬਤੇਰਾ ਖਾਂ ਕੇ ਇਹ ਬੇਅੰਤ ਕੌੜੀ ਸੀ ਬੜੀ ਪ੍ਰਸਿੱਧ ਕਵੀਏ ਪਰ ਉਹ ਮੰਨੇ ਨਾ ਅਖੀਰ ਇੱਕ ਦਿਨ ਅਖਬਾਰ ਵਿੱਚ ਉਸਦੀ ਫੋਟੋ ਆਈ ਮੈਂ ਕਿਹਾ ਮਾਂ ਵੇਖ ਇਹੋ ਹੀ ਸੀ ਨਾ ਕੁੜੀ ਘਰ ਵਿੱਚ ਜੀ ਬੜੀਆਂ ਬੰਦਸ਼ਾਂ ਹੁੰਦੀਆਂ ਨੇ ਹੋਸਟਲ ਵਿੱਚ ਤੇ ਬਸ ਮੌਜਾ ਹੀ ਮੌਜਾ ਇਸੇ ਹੋਸਟਲ ਵਿੱਚ ਉਰਦੂ ਦਾ ਕਹਾਣੀਕਾਰ ਕ੍ਰਿਸ਼ਨ ਚੰਦਰ ਰਹਿੰਦਾ ਹੁੰਦਾ ਸੀ ਬੜੀ ਖੱਪ ਪਾਉਂਦੇ ਹੁੰਦੇ ਸਾਂ ਉਦੋਂ ਇੱਥੇ ਪਹਿਲੀ ਕਹਾਣੀ ਲਿਖ ਕੇ ਉਸ ਸੁਣਾਈ ਸਾਨੂੰ ਆਪਣੇ ਕਮਰੇ ਵਿੱਚ ਅਸਾਂ ਕਹਾ ਕ੍ਰਿਸ਼ਨ ਕਹਾਣੀ ਤੇ ਚੰਗੀ ਏ ਪਰ ਤੇਰੀ ਨਹੀਂ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਹੋਰ ਲਿਖ ਦੇਣਾ ਵਾਂ ਅਸਾਂ ਬਾਰੋਂ ਕੁੰਡਾ ਲਾ ਦਿੱਤਾ 4 ਘੰਟਿਆਂ ਵਿੱਚ ਉਸ ਹੋਰ ਕਹਾਣੀ ਲਿਖ ਕੇ ਸਾਨੂੰ ਵਿਖਾਈ ਅਸਾਂ ਕਹਾ ਬਈ ਠੀਕ ਇੱਕ ਨਵਾਂ ਕਹਾਣੀ ਕਰ ਜੰਮਿਆ ਹੈ ਅੱਜ ਪਰ ਹੁਣ ਤੇ ਉਹ ਕੁਝ ਮੱਧਮ ਬਹਿ ਗਿਆ ਏ ਅਗਲੇ ਦਿਨ ਇੱਕ ਆਦਮੀ ਆਇਆ ਕਹਿਣ ਲੱਗਾ ਇੱਕ ਕਿਤਾਬ ਛਪਵਾਣੀ ਏ ਸੂਬਿਆਂ ਵਿੱਚੋਂ ਹਰ ਇੱਕ ਸੂਬੇ ਦੀ ਇੱਕ ਇੱਕ ਵਧੀਆ ਕਹਾਣੀ ਅੰਗਰੇਜ਼ੀ ਵਿੱਚ ਉਲ타ਾ ਕਰਕੇ 11 ਕਹਾਣੀਆਂ ਦਾ ਸੰਗ੍ਰਹਿ ਛਪਵਾਉਣਾ ਏ ਪੰਜਾਬ ਵੱਲੋਂ ਕਹਾਣੀ ਤੁਸੀਂ ਦਿਓ ਮੈਂ ਉਹਨੂੰ ਸਮਝਾਇਆ ਭਈ ਪੰਜਾਬ ਵਿੱਚ ਤੇ ਸਭ ਤੋਂ ਵਧੀਆ ਕਹਾਣੀ ਕ੍ਰਿਸ਼ਨ ਚੰਦਰ ਲਿਖਦਾ ਏ ਉਸ ਦੀ ਕੋਈ ਕਹਾਣੀ ਰੱਖੋ ਆਖੇ ਨਹੀਂ ਉਸ ਦਾ ਸਮਾਂ ਲੰਘ ਗਿਆ ਮੁੰਡਿਆਂ ਨਾਲੋਂ ਕੁੜੀਆਂ ਕਹਾਣੀ ਬਾਰੇ ਚੰਗੀ رائے ਦੇ ਸਕਦੀਆਂ ਹਨ ਤੇ ਬਹੁਤ ਸਾਰੀਆਂ ਕੁੜੀਆਂ ਨੇ ਮੈਨੂੰ ਕਿਹਾ ਹੈ ਕਿ ਤੁਸੀਂ ਹੀ ਸਭ ਤੋਂ ਚੰਗੀ ਕਹਾਣੀ ਲਿਖ ਸਕਦੇ ਹੋ ਤੇ ਮੇਰਾ ਆਪਣਾ ਵੀ ਇਹੋ ਖਿਆਲ ਹੈ। ਬਸ ਤੁਸੀਂ ਮੈਨੂੰ ਆਪਣੀ ਇੱਕ ਕਹਾਣੀ ਲਈ ਆਗਿਆ ਲਿਖ ਦਿਓ। ਅੱਗੇ ਵੀ ਮੇਰੀਆਂ ਕਈ ਕਹਾਣੀਆਂ ਦੇ ਔਲੱਥੇ ਹੋਏ ਹਨ। ਅੱਧੀਆਂ ਬਹੁਤੀਆਂ ਤਾਂ ਬੰਗਾਲੀ ਵਿੱਚ ਹੀ ਛਪੀਆਂ ਹੋਣੀਆਂ ਨੇ। ਇੱਕ ਗੱਲ ਏ ਬੰਗਾਲੀ ਪਬਲਿਸ਼ਰ ਬੜੇ ਖਰੇ ਹੁੰਦੇ ਨੇ। ਇੱਕ ਬੰਗਾਲੀ ਪਬਲਿਸ਼ਰ ਨੇ ਇੱਕ ਵਾਰੀ ਮੇਰੀਆਂ 10-12 ਕਹਾਣੀਆਂ ਉਲਠਾ ਕਰਵਾ ਕੇ ਛਪਵਾਈਆਂ ਸਨ ਹੁਣ ਆਪਣੇ ਆਪ ਹੀ 6 ਮਹੀਨੇ ਪਿੱਛੋਂ ਰਾਇਲਟੀ ਮਨੀ ਆਰਡਰ ਕਰ ਦਿੰਦਾ ਹੈ ਨਾ ਮੈਂ ਕਦੀ ਉੱਥੇ ਗਿਆ ਨਾ ਕਦੀ ਉਹਨੂੰ ਪੁੱਛਿਆ ਹੈ ਇੱਕ ਵਾਰ ਉਸਨੇ ਮੈਨੂੰ ਲਿਖਿਆ ਕਿ ਕੋਈ ਫਿਲਮ ਕੰਪਨੀ ਵਾਲੇ ਤੁਹਾਡੇ ਬਾਰੇ ਪੁੱਛਦੇ ਨੇ ਤੁਸੀਂ ਆ ਕੇ ਉਹਨਾਂ ਨੂੰ ਮਿਲੋ ਮੈਂ ਉਸਨੂੰ ਲਿਖਿਆ ਭਾਈ ਫਿਲਮ ਕੰਪਨੀਆਂ ਵਿੱਚ ਸਿੱਖਾਂ ਦੀ ਕੋਈ ਪੁੱਛਗਿੱਛ ਨਹੀਂ ਦੇ ਨਾਲ ਇਹ ਕਰਦੇ ਏ ਢੀ ਦੂਰ ਜਾਣ ਕਿੱਥੇ ਦਿੰਦੇ ਨੇ ਉਹਨਾਂ ਨੂੰ ਆਖੋ ਕੋਈ ਹੋਰ ਕਹਾਣੀ ਵਾਲਾ ਲੱਭ ਲੈਣ ਕਈ ਵਾਰ ਰੇਡੀਓ ਵੱਲੋਂ ਚਿੱਠੀ ਕਰ ਦਿੰਦੇ ਨੇ ਕਿ ਆਓ ਜੀ ਆ ਕੇ ਰੇਡੀਓ ਤੇ ਕਹਾਣੀ ਸੁਣਾਓ ਕਹਾਣੀ ਜਿਸ ਤਰ੍ਹਾਂ ਕੋਈ ਗਾਣਾ ਏ ਯਾਰਾਂ ਦੋਸਤਾਂ ਵਿੱਚ ਤੇ ਕਦੀ ਹੋਇਆ ਨਾ ਬਹਿ ਕੇ ਕਦੀ ਸੁਣਾ ਦਿੱਤੀ ਹੁਣ ਕੋਈ ਨਵੀਂ ਕਹਾਣੀ ਲਿਖੀ ਤਾਂ ਤੁਹਾਨੂੰ ਇੱਥੇ ਆ ਕੇ ਸੁਣਾਵਾਂਗਾ ਹੁਣ ਮੈਨੂੰ ਆਗਿਆ ਦਿਓ ਹੋਸਟਲੋਂ ਬਾਹਰ ਨਿਕਲਦੇ ਆਂ ਸਰੀਰ ਦਾ ਅੰਗ ਅੰਗ ਰੱਜਿਆ ਹੋਇਆ ਸੀ ਸੜਕ ਤੇ ਕੁਝ ਬੜੇ ਸੱਜੇ ਤੇ ਰੱਜੇ ਹੋਏ ਸ਼ੌਦੇ ਜਿਹੇ ਬੰਦੇ ਇੱਧਰ ਉੱਧਰ ਜਾ ਰਹੇ ਸਨ ਕਿ ਇਹਨਾਂ ਵੀ ਕਦੀ ਕੋਈ ਰਾਂਗਲੀ ਘੜੀ ਵੇਖੀ ਸੀ ਕਿ ਇਹਨਾਂ ਨੂੰ ਪਤਾ ਵੀ ਸੀ ਕਿ ਜੀਵਨ ਕੀ ਹੈ